ਤੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਮਾਹੌਲ ਦੇ ਵਿੱਚ ਬਰਨਾਲਾ ਦੀ ਦਾਣਾ ਮੰਡੀ ਚ ਲੋਕ ਸੰਗਰਾਮ ਰੈਲੀ ਕੀਤੀ ਗਈ ਹੈ। ਬੀਕੇਯੂ ਗ੍ਰਾਹਕ ਸਮੇਤ ਮਜ਼ਦੂਰਾਂ, ਮੁਲਜ਼ਮਾਂ, ਵਿਦਿਆਰਥੀ ਅਤੇ ਹੋਰ ਵੀ ਸੰਘਰਸ਼ਸ਼ੀਲ ਜਿਹੜੇ ਜਥੇਬੰਦੀ ਨੇ ਉਹਨਾਂ ਦੀ ਵਿਸ਼ਾਲ ਰੈਲੀ ਕੀਤੀ ਗਈ। ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਰੈਲੀ ਦੇ ਵਿੱਚ ਪਹੁੰਚੇ ਅਤੇ ਰੈਲੀ ਰਾਹੀਂ ਆਗੂਆਂ ਨੇ ਸਿਆਸੀ ਲੋਕਾਂ ਤੋਂ ਧਿਆਨ ਹਟਾ ਕੇ ਆਪਣੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਸੰਘਰਸ਼ ਜਾਰੀ ਰੱਖਣ ਦਾ ਸੁਨੇਹਾ ਦਿੱਤਾ ਹੈ। ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਦਾ ਵਿਰੋਧ ਕਰਨ ਦਾ ਵੀ ਸੱਦਾ ਦਿੱਤਾ ਗਿਆ ਸੀ। ਅੱਜ ਦੀ ਰੈਲੀ ਸਾਡੀ ਬਹੁਤ ਕਾਮਯਾਬ ਹੈ। ਅੱਜ ਦਾ ਦਿਨ ਸਾਡੇ ਕਿਰਤੀਆਂ ਲਈ ਇਤਿਹਾਸਿਕ ਦਿਨ ਹੈ। ਇੱਕ ਪਾਸੇ ਕਿਰਤੀ ਲੋਕ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਇੱਕ ਮੰਚ 'ਤੇ ਇਕੱਠੇ ਹੋਏ ਨੇ ਅਤੇ ਦੂਸਰੇ ਪਾਸੇ ਮੁਲਕ ਦੇ ਜਿਹੜੇ ਲਟੇਰੇ ਹਾਕਮ ਹੈ ਉਹਨਾਂ ਦੀਆਂ ਜਿਹੜੀਆਂ ਵੋਟ ਪਾਰਟੀਆਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੋਟ ਭਰਮ 'ਚ ਉਲਝਾ ਕੇ ਝੂਠੇ ਵਾਅਦੇ ਲਾਰੇ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੋਟਾਂ ਪਵਾ ਕੇ 5 ਸਾਲਾਂ ਵਾਸਤੇ ਲੁੱਟਣ ਲਈ ਮੋਹਰ ਲਵਾਈ ਜਾ ਰਹੀ ਹੈ। ਪਰ ਅਸੀਂ ਇੱਥੇ ਇਹ ਗੱਲ ਦੇਖਦੇ ਹਾਂ ਕਿ ਜਿਹੜੇ ਸਾਡੇ ਲੋਕ ਇਸ ਰੈਲੀ ਦੇ ਵਿੱਚ ਆਏ ਹੈ ਉਹਨਾਂ ਦੀ ਜਿਹੜੀ ਚੇਤਨਾ ਹੈ ਅਤੇ ਉਹਦੇ ਵਿੱਚ ਵਾਧਾ ਹੋਇਆ ਹੈਗਾ, ਇਹ ਗੱਲ ਚੰਗਾ ਸੰਕੇਤ ਹੈ ਕਿ ਲੋਕ ਵੋਟਾਂ ਵਾਲੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸੰਘਰਸ਼ ਆਪਣੇ ਜਿਹੜੇ ਮਸਲੇ ਹੈ ਉਹਨਾਂ ਨੂੰ ਹੱਲ ਸੰਘਰਸ਼ਾਂ ਰਾਹੀਂ ਦੇਖਦੇ ਹੈ ਕਿ ਜੇ ਅਸੀਂ ਲੜਾਂਗੇ ਤਾਂ ਕੁਛ ਆਪਣੇ ਹੱਕ ਹੈ ਜਿਹੜੇ ਉਹ ਪ੍ਰਾਪਤ ਕਰ ਲਾਂਗੇ, ਜੇ ਅਸੀਂ ਨਹੀਂ ਲੜਾਂਗੇ ਤਾਂ ਸਾਡੇ ਹੱਕ ਹੈ ਜਿਹੜੇ ਉਹ ਪ੍ਰਾਪਤ ਨਹੀਂ ਕੀਤੇ ਜਾਣੇ। ਅਤੇ ਅੱਜ ਦੀ ਜਿਹੜੀ ਰੈਲੀ ਹੈ ਇਤਿਹਾਸਿਕ ਰੈਲੀ ਹੈ ਅਤੇ ਇਹ ਜੇਤੂ ਰੈਲੀ ਹੈ। ਦੇਖੋ ਅੱਜ ਦਾ ਜਿਹੜਾ ਇਕੱਠ ਕੀਤਾ ਸੀ ਬਰਨਾਲੇ ਦੇ ਵਿੱਚ ਇਹਦਾ ਨਾਂ ਲੋਕ ਸੰਗਰਾਮ ਰੈਲੀ ਰੱਖਿਆ ਸੀ। ਉਸ ਵੇਲੇ ਕਰ ਰਹੇ ਹਾਂ ਜਦੋਂ ਭਾਰਤ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਕੁੱਦੀਆਂ ਹੋਈਆਂ ਨੇ, ਵੱਖ ਵੱਖ ਤਰ੍ਹਾਂ ਦੇ ਵਾਅਦੇ ਕਰਦੀਆਂ ਨੇ, ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰਦੀਆਂ ਨੇ। ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਅੱਜ ਅਸੀਂ ਇਕੱਠ ਕੀਤਾ ਹੈ, ਅਸੀਂ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਹਾਨੂੰ 73-75 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ, ਆਹੀ ਰਾਗ ਆਹੀ ਵਾਅਦੇ ਐਸੇ ਤਰ੍ਹਾਂ ਦੀਆਂ ਗੱਲਾਂ ਐਸੇ ਤਰ੍ਹਾਂ ਦੀਆਂ ਬਾਤਾਂ ਇੱਕ ਦੂਜੇ ਤੋਂ ਬਦਲ ਕੇ ਇਹੀ 500-700 ਲੋਕ ਨੇ ਜਿਹੜੇ ਵਾਰ ਵਾਰ ਕੱਪੜੇ ਬਦਲ ਕੇ ਸੱਤਾ 'ਚ ਆਉਂਦੇ ਨੇ, ਇਹਨਾਂ ਦੀਆਂ ਉਹੀ ਵਿਕਾਸ ਦੀਆਂ ਗੱਲਾਂ, ਉਹੀ ਲੋਕਾਂ ਦੀਆਂ ਗੱਲਾਂ, ਲੋਕਾਂ ਦੀਆਂ ਛੋਟੀਆਂ ਮੋਟੀਆਂ ਰਾਇਤਾਂ ਦੀਆਂ ਗੱਲਾਂ ਕਰਦੀਆਂ ਨੇ। ਇਹ ਬੁਨਿਆਦੀ ਇਸ਼ੂਆਂ ਤੋਂ ਬਹੁਤ ਪਾਸੇ ਨੇ, ਇਹਨਾਂ ਨੇ ਕਦੇ ਤੁਹਾਡਾ ਭਲਾ ਨਹੀਂ ਕਰਨਾ। ਇਹ ਕਾਰਪੋਰੇਟ ਅਤੇ ਪੂੰਜੀਵਾਦਾਂ ਦੇ ਹੱਥਾਂ 'ਚ ਖੇਡਦੀਆਂ ਪਾਰਟੀਆਂ ਨੇ, ਉਹਨਾਂ ਦੇ ਪੱਖ ਦੇ ਫੈਸਲੇ ਕਰਦੀਆਂ ਨੇ। ਇਸ ਕਰਕੇ ਜਿਹੜੀਆਂ ਵਿਧਾਨ ਸਭਾ ਅਤੇ ਪਾਰਲੀਮੈਂਟ ਹੈ ਇਹ ਕਦੇ ਵੀ ਸਾਡੇ ਵਾਸਤੇ ਕੰਮ ਨਹੀਂ ਕਰਦੀ। ਇਹਦੇ 'ਚੋਂ ਜਿੰਨੇ ਕਾਨੂੰਨ ਬਣਦੇ ਨੇ ਉਹ ਸਾਡੇ ਕੋਲੋਂ ਕੁਛ ਨਾ ਕੁਛ ਖੋਹਦੇ ਹੈ ਅਤੇ ਕਾਰਪੋਰੇਟ ਦੇ ਪੱਖ ਦੇ ਵਿੱਚ ਇਹ ਖੜ੍ਹਦੇ ਨੇ। ਇਸ ਕਰਕੇ ਜੋ ਕੁਛ ਵੀ ਹੁਣ ਤੱਕ ਅਸੀਂ ਨੇ ਲਿਆ, ਅਸੀਂ ਸੰਘਰਸ਼ਾਂ ਦੇ ਜ਼ੋਰ 'ਤੇ ਲਿਆ, ਆਪਦੀ ਤਾਕਤ ਦੇ ਸਿਰ 'ਤੇ ਲਿਆ ਅਤੇ ਇਹਨਾਂ ਨਾਲ ਭਿੜ ਕੇ ਲਿਆ। ਇਸ ਕਰਕੇ ਅੱਜ ਦੇ ਇਕੱਠ ਦੇ ਵਿੱਚ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹਨਾਂ ਤੋਂ ਭਰੋਸਾ ਕਦੇ ਨਾ ਕਰੋ। ਵੋਟ ਪਰਚੀ ਨਾਲ ਤੁਹਾਡਾ ਕਲਿਆਣ ਨਹੀਂ ਹੋ ਸਕਦਾ। ਇੱਕ ਵੋਟ ਦਾ ਅਧਿਕਾਰ ਹੀ ਤੁਹਾਨੂੰ ਦਿੱਤਾ ਹੋਇਆ ਕਿ ਮਸ਼ੀਨ ਦਾ ਬਟਨ ਦੱਬ ਦਿਓ ਅਤੇ ਮਸ਼ੀਨ ਦੇ ਬਟਨ 'ਤੇ ਤੁਹਾਨੂੰ ਵੋਟ ਦਾ ਅਧਿਕਾਰ ਹੈ, ਸਰਕਾਰ ਬਦਲ ਸਕਦੇ ਹੋ। ਬਾਕੀ ਸਾਰੇ ਅਧਿਕਾਰ, ਵਿੱਦਿਆ ਦਾ ਅਧਿਕਾਰ, ਸਿਹਤ ਦਾ ਅਧਿਕਾਰ, ਰੁਜ਼ਗਾਰ ਦਾ ਅਧਿਕਾਰ, ਸੰਘਰਸ਼ ਕਰਨ ਦਾ ਅਧਿਕਾਰ, ਸਾਰੇ ਅਧਿਕਾਰ ਇਹਨਾਂ ਦੇ ਖੋਹੇ ਹੋਏ ਹੈ, ਸਾਰੇ ਅਧਿਕਾਰ ਇਹਨਾਂ ਦੇ ਮੁੱਠੀ 'ਚ ਲਏ ਹੋਏ ਹੈ। ਇਸ ਕਰਕੇ ਸਾਡਾ ਇਹ ਭਰੋਸਾ ਹੈ ਕਿ ਇਹਨਾਂ ਨਾਲ ਭਿੜ ਕੇ ਹੀ ਆਪਦਾ ਹੱਕ ਲਏ ਜਾ ਸਕਦੇ ਹੈ। ਇਸ ਕਰਕੇ ਆਹ ਜਿਹੜੀ ਤਾਕਤ ਹੈ ਇਹ ਪਾਰਲੀਮੈਂਟ ਸਿਸਟਮ ਤੋਂ ਪਾਸੇ ਹੋ ਕੇ, ਇਹਨਾਂ ਦੇ ਜਾਲ ਤੋਂ ਪਾਸੇ ਹੋ ਕੇ ਹੀ ਇਹਨਾਂ ਨਾਲ ਲੜਾਈ ਦੇ ਕੇ ਆਪਣੀ ਮੁਕਤੀ ਦਾ ਰਾਹ ਖੋਲ ਸਕਦੇ। ਉਹ ਅੱਜ ਜਦੋਂ ਪੰਜਾਬ 'ਚ ਵੋਟਾਂ ਦਾ ਮਾਹੌਲ ਭਖਿਆ ਤਾਂ ਉਹਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਲੋਕਾਂ ਦੀਆਂ ਸੰਘਰਸ਼ੀਲ ਜਥੇਬੰਦੀਆਂ ਜਿਹੜੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਲੈ ਕੇ ਸਦਾ ਲੜਾਈ 'ਚ ਰਹਿੰਦੀਆਂ, ਸੰਘਰਸ਼ਾਂ 'ਚ ਰਹਿੰਦੀਆਂ ਹਕੂਮਤਾਂ ਨਾਲ, ਉਹ ਆਪਣੀ ਇਸ ਰੈਲੀ ਰਾਹੀਂ ਇੱਕ ਤਾਂ ਆਪਣੇ ਅਸਲ ਮਸਲੇ ਉਭਾਰ ਰਹੀਆਂ। ਜਿਹੜੀਆਂ ਵੋਟ ਪਾਰਟੀਆਂ ਉਹ ਲੋਕਾਂ ਦੇ ਅਸਲ ਮਸਲਿਆਂ ਨੂੰ ਰੋਲਦੀਆਂ, ਉਹਨਾਂ ਨੂੰ ਖੁੰਝੇ ਲਾਉਂਦੀਆਂ, ਉਹਦੀ ਥਾਂ 'ਤੇ ਨਕਲੀ ਅਤੇ ਭੜਕਾਊ ਮੁੱਦੇ ਸਾਹਮਣੇ ਲੈ ਕੇ ਆਉਂਦੀਆਂ।
ਲੋਕਾਂ ਦੀ ਜਿਹੜੀਆਂ ਇਹ ਜਥੇਬੰਦੀਆਂ ਦਾ ਇਕੱਠ ਹੈ, ਇਹ ਇੱਕ ਪਾਸੇ ਲੋਕਾਂ ਦੇ ਅਸਲ ਮਸਲੇ ਉਭਾਰ ਰਿਹਾ ਅਤੇ ਦੂਜੇ ਪਾਸੇ ਉਹਨਾਂ ਦੇ ਹੱਲ ਕਰ